ਇਹ ਆਕਾਸ਼वाणी ਜਮੂਏ ਹੰਤਜਗਮਨ ਸ਼ਰਮਾ ਕੋਲੋਂ ਖਬਰਾਂ ਸੁਨੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਖਿਆ ਜੇਕਰ ਸੰਨ ਦੇਸ਼ਾਂ ਦੇ ਅੰਨਦਾਤਾ ਨਾ ਤੇ ਉਹਦੀ ਸੁਰੱਖਿਆ ਉਹਦੀ ਤਰੱਕੀ ਉਹਦੀ ਖੁਸ਼ਹਾਲੀ ਪਰ ਹੈ ਦੇਸ਼ਾਂ ਦੀ ਤਰੱਕੀ ਤੇ ਖੁਸ਼ਹਾਲੀ ਟੀਕੀ ਦੀ ਹੈ ਉਹਨੇ ਕੋਲ ਕਿਸ ਚਿਰ ਪਹਿਲੇ ਵੀਡੀਓ ਕਾਨਫਰੈਂਸਿੰਗ ਰਾਹੀਂ ਕ੍ਰਿਸ਼ੀ ਤਾਨਚਾ ਕੋਸ਼ ਆਈਐਫ ਤਤ 1 ਲੱਖ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਸਹੂਲਤਾਂ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਖਿਆ ਜਿਸ ਸੁਵਿਧਾ ਕਰਨੇ ਕਰਸਾਨੇ ਦੀ ਪਲਾਈ ਬੇਤਰੀ ਯਕੀਨੀ ਬਨੋਗੋ ਓ ਕਟ ਜਿਮੀ ਪ੍ਰਾਪ ਵੀ ਮਤੀ ਆਉਂਦਨਾ ਸਰਕਾਰੀ ਸਤੰਗ ਅੰਤੇ ਗ੍ਰਾਂਥਾਰੇ ਕਮਰੋਜਗਰ ਤੇ ਮਤੀ ਮੌਕੇ ਪੈਦਾਉਂਗਨ ਉਨਿਆਖੇ ਤੇ ਤੀਸਾੜੀ ਮਾਤਾ ਗੈਤ ਇਹਦੀ ਰੱਖਸ਼ਾ ਕਰਨਾ ਸਾੜਾ ਸਭਨੇ ਦਾ ਫਰਜ਼ ਹੈ ਤੇ ਇਹ ਫਰਜ਼ ਅਸੇ ਸਭਨੇ ਕੀ ਕਿੱਥੇ ਮਿਲੀ ਨਿਭਾਣਾ ਗੈਨ ਉਨਿਆਖੇ ਸਰਕਾਰ ਦੀ ਕੋਸ਼ਿਸ਼ ਕਰਨੇ ਲੋਕੇ ਕਰਸਾਨੇ ਦੀ ਵੀ ਵੱਡੇ ਸ਼ਹਿਰ ਤਕਰ ਪੁੱਜ ਯਕੀਨੀ ਬਣੀ ਗੈਨ ਮੋਦੀ ਔਰੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸਕੀਮ ਤਹਿਤ 8.5 ਕਰੋੜ ਕਰਸਾਨੇ ਕੀਤਾ 17000 ਕਰੋੜ ਰੁਪਏ ਦੀ 6ਵੀਂ ਕਿਸ਼ਤ ਵਿਭਾਗosaur ਕੀਤੀ AIF ਤਹਿਤ ਦਿੱਤੀ ਜਾਕਰਦੀ ਵਿੱਤੀ ਸਹੂਲਤ ਫਸਲਾਂ ਦੀ ਬਾੜੀ ਮਗਰਾ ਟਾਂਚਾ ਗਤ ਪ੍ਰਬੰਧਨ ਤੇ ਕੋਲਡ ਸਟੋਰੇਜ ਭੰਡਾਰ ਕੇਂਦਰ ਤੇ ਡੱਬਾ ਬੰਦ ਯੂਨਿਟਾਂ ਜਨਈਏ ਸਮੁਦਾਇਕ ਖੇਤੀ ਸੰਪਤੀਆਂ ਦੇ ਬਾਦਜ ਅਹਿਮ ਭੂਮਿਕਾ ਨਿਭਾਗ इस सिलसिले सार्वजन क्त्रेारें बैंकें अगे समझौता पत्रें पर दस्तखत कर इन्हें परियोजनाएं इियोजनाएं व्यवहारिकता बढ़ाने लाभार्थियों की सूद च त्रै प्रतिशत आर्थिक सहायता से दो करोड़ रुपए तक कर। दुआर गारंटी हासिल करवाई जाग जा स्कीम कोविड नाइन्टीन महामारी के दौर च भी करसाने मददगार साबित तो हुई है ते तहत तो कोई बई हजार करोड़ रकम लॉकडाउन दौरान करसाने की उपलब्ध करवाई गई है रक्षा मंत्री राजनाथ सिंह ने हो घरेलू रक्षा उद्योग क्षेत्र की बढ़ावा देने एक सौ एक थारे रक्षा उपकरण की बहरले मुल्खे सवा नोने पर रोक ला दी गई है उच्च तकनीक आलिया आर्टिलरी बंदूक एसॉल्ट रफल माल ढोई आए बहाज भी शामिल न हैं घोषणा करते हुए जारी कई सारे ट्वीट स् रक्षा मंत्री आख्या हो रक्षा मंत्रालय आत्मनिर्भर भारत पहल की एक बड़ा उछाल देने तैयार है मंत्रालय ने एक सौ एक सिए चीजें सूची तैयार की है जिन्हें बारह नोने पर पाबंदी हो इस पाबंदी की दो हजार भीह को ले ये, दो चौबी तगर बारी बारी से लागू किया उन्हें अगे आख्या इस गल पूरी चाली यकीनी बनाया जाग जे रक्षा उपकरण का घरेलू उत्पादन भी सही ढंग समय सर हो रवे ताज इदें भी कमी नहीं हो ਉਪ ਰਾਜਪਾਲ ਮਨੋਜ ਸਿਨਹਾਵਰੇ ਸ਼੍ਰੀਨਗਰ ਦੇ ਹਸਪਤਾਲ ਦੇ ਦੌਰੇ ਦੌਰਾਨ ਉੱਥੇ ਕੋਵਿਡ-19 ਦੇ ਮਰੀਜ਼ਾਂ ਦੀ ਆਈਸੋਲੇਸ਼ਨ ਵਾਰਡਾਂ 'ਚ ਸਟਾਫ ਦੀ ਕਮੀ ਦੀ ਦਿੱਖਤ ਹੋਈ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਤੁਰਤ 200 ਨਰਸਿੰਗ ਅਧਿਲੀ ਪ੍ਰਾਥੀ ਕਰਨੇ ਦਾ ਹੁਕਮ ਜਾਰੀ ਕੀਤਾ ਹੈ ਸਰਕਾਰ ਦੇ ਪ੍ਰਵਕਤਾ ਰੋਹਿਤ ਕੰਸਲੋ ਨੇ ਦੱਸਿਆ ਜਿ ਇਹ ਨਰਸਿੰਗ ਅਧਿਲੀਆਂ 'ਚ 100 ਜੰਮੂ ਪ੍ਰਾਂਤ ਤੇ 100 ਗੇ ਕਸ਼ਮੀਰ ਪ੍ਰਾਂਤ ਲਈਆਂ ਗਨ ਉਪ ਰਾਜਪਾਲ ਹੋਰੇ ਕੱਲ ਸ਼੍ਰੀਨਗਰ ਦੇ ਐਸ ਐਮ ਐਚ ਐਸ ਹਸਪਤਾਲ ਦਾ ਦੌਰਾ ਕੀਤਾ ਤੇ ਉੱਥੇ ਕੋਵਿਡ-19 ਦੀ ਸਥਿਤੀ ਤੇ ਪ੍ਰਬੰਧਨ समीक्षा की थी, उन्हें सबने मुलाजमे की इस आने जाने ले पंजी हजार रुपए की रकम टीए के तौरा पर देने दी भी मंजूरी दी थी है। बिजन कुसा फर्कोफर्की दे कि दूरा आता है ਜੰਮੂ ਕਸ਼ਮੀਰ ਚ ਕੱਲ ਕੋਰੋਨਾ ਵਾਇਰਸ ਦੇ 463 ਪੋਜ਼ਿਟਿਵ ਮਾਮਲੇ ਸਾਹਮਣੇ ਆਏ ਨੇ ਇੰਦੇ ਚਾ ਕਾਸੀ ਜੰਮੂ ਤੇ 382 ਕਸ਼ਮੀਰ ਪ੍ਰਾਂਤਮਾਨ ਇਹ ਦੇ ਕਨੇ ਕੇ ਜੰਮੂ ਕਸ਼ਮੀਰ ਚ ਕੋਵਿਡ-19 ਪੋਜ਼ਿਟਿਵ ਮਾਮਲੇ 24390 ਤੋੜੀ ਚਾਇਪੂ ਜੇ ਨਾ ਕੋਵਿਡ-19 ਕਰੀ 10 ਮੌਤਾਂ ਵੀ ਹੋਈਆਂ ਨੇ ਇੰਦੇ ਚਾ 7 ਕਸ਼ਮੀਰ ਪ੍ਰਾਂਤ ਚੋਂ ਯਾਨਾ ਜੰਮੂ ਕਸ਼ਮੀਰ ਚ 7264 ਲੋਕ ਕੋਵਿਡ-19 ਤੋਂ ਪ੍ਰਭਾਵਿਤ ਨੇ 16000 ਚੇਸੋ ਸਟਾਟ ਬਲੋਏ ਕੇਦਨ ਤੇ 459 ਮੋਤਾਂ ਹੋਈਆਂ ਨਾ ਇੰਦੇ ਚ ਚੌਤੀ ਮੋਤਾਂ ਜੰਮੂ ਡਿਵੀਜ਼ਨ ਤੇ 425 ਕਸ਼ਮੀਰ ਡਿਵੀਜ਼ਨ ਚੋਈਆਂ ਨਾ ਇਦੇ ਲਾਵਾ ਕੋਵਿਡ 19 ਲਾਗ ਕਰਨੇ ਪ੍ਰਭਾਵਿਤ 449 ਲੋਕ ਨਰੋਇ ਗੇਨ ਤੇ ਉਹਨੇ ਕੀ ਬਾਕਬਾਕ ਹਸਪਤਾਲੇ ਥਮਾ ਛੁੱਟੀ ਦੇ ਦਿੱਤੀ ਗਈ ਹੈ ਇੰਦੇ ਚ 181 ਜੰਮੂ ਪ੍ਰਾਂਤ ਤੇ 268 ਕਸ਼ਮੀਰ ਕਾ ਟਿ ਦੇਨਾ 8 ਅਗਸਤ 2020 ਤੋਰੀ ਕੀਤੇ ਗਏ 7 ਲੱਖ 6780 ਕਰੋਨਾ ਟੈਸਟ ਇੰਚਾ 6 ਲੱਖ 82390 ਸੈਂਪਲ ਨੈਗੇਟਿਵ ਆਇਨ ਯਾਨੀ ਉਨਦੇ ਚ ਕੋਰੋਨਾ ਸੰਕਰਮਣ ਨਹੀਂ ਹੈ जम्मू कश्मीर हाई कोर्ट दिया चीफ जस्टिस ਤੇ ਕਾਨੂੰਨੀ ਸੇਵਾਇ ਸਰਬੰਦੀ ਪ੍ਰਾਧਿਕਰਨ ਜੇ ਕੇ ਐਸ ਐਲ ਐਸ اے जम्मू कश्मीर दिया ਮੁੱਖ ਸੰਰਖਕ ਜਸਟਿਸ ਗੀਤਾ ਮਿੱਤਲ ਹੋ ਰਹੇ ਪ੍ਰਾਧਿਕਰਨਾਸਿਆ ਹਰ ਸਾਲ ਚਲਾਇ ਜਾਣਿਆਲੀ ਰੁਖ ਬੂਟੇ ਲਾਣਿਆਲੀ ਮੁਹਿੰਮ ਦੇ ਇਸ ਸਦ ਦੋਰਾ ਪਰ ਕੱਲ 1 ਹਫਤੇ ਦੇ ਅਭਿਆਨ ਦੀ ਸ਼ੁਰੂਆਤ ਕੀਤੀ ਮਹਿਕਮਾ ਜੰਗਲਾਤ ਕਰਨੇ ਮਿਲੀਏ ਚਲਾਈ ਗਈ ਇਸ ਮੁਹਿੰਮ ਦਾ ਮਕਸਦ ਧਰਤੀ ਪਰ ਕੁਦਰਤੀ ਤਵਾਜਨ ਬਣਾਈ ਰੱਖਣੇ ਚ ਸਹਿਯੋਗ ਦੇਣਾ ਹੈ ਤਾਂ ਜੇ ਪਰਿਆਵਰਣ ਦਾ ਸੰਤੁਲਨ ਬਣੇ ਦਾ ਰਹੇ ਪ੍ਰਦੂਸ਼ਣ ਉੱਪਰ ਰੋਕ ਲੱਗੀ ਸਕੇ ਤੇ ਜੰਗਲੀ ਖੇਤਰ ਦਾ ਵਾਧਾ ਤੇ ਵਿਸਤਾਰ ਹੋ ਸਕੇ ਇਸ ਮੌਕੇ ਪਰ ਐਸਐਲਐਸਏ ਦੇ ਕਾਰਜਕਾਰੀ ਪ੍ਰਧਾਨ ਹੋ ਰਹੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਪਰਿਸਰ ਚ ਫਲਦਾਰ ਬੂਟੇ ਲਾਏ ਇਸ ਮੁਹਿੰਮ ਤਹਿਤ ਜੰਮੂ ਕਸ਼ਮੀਰ ਤੇ ਲਦਾਖ ਚ ਸੈਕੜਾ ਬੱਦੇ ਫਲਦਾਰ ਤੇ ਛਾਇਆਦਾਰ ਬੂਟੇ ਲਾਏ ਗਏ ਨੇ